ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਤੋਂ ਮੈਨੂੰ ਆਪਣਾ ਉਮੀਦਵਾਰ ਕੱਲ੍ਹ ਬਣਾਇਆ ਔਰ ਅਸੀਂ ਅੱਜ ਸਾਰੇ ਸਾਥੀ ਸਰ ਕੁਲ ਬਟਾਲਾ ਸਾਹਿਬ ਸਾਡੇ ਮੱਲਣ ਸਾਹਿਬ ਸਾਰੇ ਅਸੀਂ ਇੱਥੇ ਅੱਜ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਹਜ਼ੂਰ ਮੱਥਾ ਟੇਕਣ ਆਏ ਹਾਂ। ਗੁਰੂ ਮਹਾਰਾਜ ਦਾ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈਣ ਆਏ ਹਾਂ, ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ, ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਹਾਂ। ਔਰ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ, ਇਸ ਕਰਕੇ ਮੈਂ ਆਪਣੀ ਜਿਹੜੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਇਆ। ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ, ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਗੁਰੂ ਮਹਾਰਾਜ ਦਾ ਵੋਟ ਆਸਰਾ ਲੈਣ ਵਾਸਤੇ, ਆਸ਼ੀਰਵਾਦ ਲੈਣ ਵਾਸਤੇ, ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ। ਇੱਥੇ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅਤੇ ਅਸੀਂ ਸ਼ੁਰੂ ਕਰਾਂਗੇ ਜੀ। ਮੀਨੂੰ ਜੀ ਕਹਿੰਦੇ ਰਿਸ਼ਵਤਖੋਰੀ ਖਤਮ ਹੋ ਚੁੱਕੀ ਪੰਜਾਬ ਦੇ ਵਿੱਚੋਂ ਜੀ। ਇਹ ਰਿਸ਼ਵਤਖੋਰੀ ਆਪਾਂ ਦੇਖੋ ਇਸ ਜਗ੍ਹਾ 'ਤੇ ਬੈਠੇ ਹਾਂ, ਖੜ੍ਹੇ ਹਾਂ ਜਿੱਥੇ ਸੱਚ ਦੀ ਜਿੱਥੋਂ ਆਵਾਜ਼ ਆਉਂਦੀ ਹੈ। ਦੇਖੋ ਚੋਣਾਂ ਦੇ ਵਿੱਚ ਕੈਂਡੀਡੇਟ ਤਾਂ ਖੜ੍ਹੇ ਹੁੰਦੇ ਹੀ ਆ, ਪਾਰਟੀਆਂ ਦੀ ਲੜਾਈ ਹੁੰਦੀ ਹੈ ਔਰ ਲੋਕ ਸਭਾ ਦਾ ਇਲੈਕਸ਼ਨ ਆ, ਇਹ ਕੋਈ ਛੋਟਾ ਜਿਹਾ ਇਲੈਕਸ਼ਨ ਤਾਂ ਨਹੀਂ, ਸਾਰੇ ਦੇਸ਼ ਦਾ ਇਲੈਕਸ਼ਨ ਆ। ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਉਜਾਗਰ ਹੋਣੀਆਂ, ਜਿਹੜੀਆਂ ਲੋਕ ਪਿਛਲੇ 10 ਸਾਲ ਤੋਂ ਬੀਜੇਪੀ ਦੀ ਸਰਕਾਰ ਦੀ ਤ੍ਰਾਸਦੀ ਝੱਲ ਰਹੇ ਨੇ, ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਮਨੋਰਟੀਜ਼ ਹੈ, ਸਿੱਖ ਹੈ, ਜਿਹੜੇ ਸਾਡੇ ਦਲਿਤ ਭਾਈਚਾਰਾ ਹੈ, ਮੁਸਲਮਾਨ ਹੈ ਔਰ ਕ੍ਰਿਸ਼ਚਨ ਹੈ, ਜਿਹੜਾ ਉਹਨਾਂ ਦੇ ਉੱਤੇ ਅੱਤਿਆਚਾਰ ਜਿਹੜਾ ਹੋ ਰਿਹਾ। ਅੱਜ ਸਿੱਧਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜੀ ਮੁਸਲਮਾਨਾਂ ਨੇ ਬੱਚੇ ਜ਼ਿਆਦਾ ਪੈਦਾ ਕਰਦੇ ਆ ਜੀ, ਕਾਂਗਰਸ ਨੇ, ਪੁਰਾਣੀਆਂ ਸਰਕਾਰਾਂ ਨੇ ਮੁਸਲਮਾਨਾਂ ਨੂੰ ਬੜਾ ਕੁਝ ਦਿੱਤਾ। ਅਤੇ ਜਿਹੜੇ ਲੋੜਵੰਦ ਹੁੰਦੇ ਆ, ਜੇ ਉਹਨਾਂ ਨੂੰ ਕੋਈ ਸਰਕਾਰਾਂ ਦਿੱਤੀਆਂ ਤਾਂ ਕੋਈ ਮਾੜੀ ਗੱਲ? ਲੋੜਵੰਦਾਂ ਵਾਸਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ, ਰੱਬ ਤੋਂ ਬਾਅਦ ਸਰਕਾਰ ਹੁੰਦੀ ਹੈ ਜਿਹੜੀ ਕਿ ਕਿਸੇ ਗਰੀਬ ਦੀ, ਲੋੜਵੰਦ ਦੀ, ਉਹਦੀ ਜਿਹੜੀ ਆ ਜ਼ਰੂਰਤ ਨੂੰ ਪੂਰਾ ਕਰਦਾ। ਤਾਂ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੇ ਸਾਡੇ ਸਮਾਜ ਦੇ ਵਿੱਚ ਇੱਕੋ ਹੀ ਫਿਰਕੇ ਦੇ ਲੋਕਾਂ ਨੂੰ, ਦੇਸ਼ ਜਿਹੜਾ ਇੱਕੋ ਫਿਰਕੇ ਦੇ ਲੋਕਾਂ ਦੇ ਨਾਲ ਨਹੀਂ ਚੱਲ ਸਕਦਾ। ਇਹ ਬਹੁਤ ਪੱਖੀ ਸਮਾਜ ਆ ਸਾਡਾ, ਬਹੁਤ ਜਾਤੀ ਸਮਾਜ ਹੈ, ਹਰ ਜਾਤ ਪਾਤ ਨੂੰ ਅਧਿਕਾਰ ਹੈ ਇੱਥੇ ਕਿ ਅਸੀਂ ਆਪਣੇ ਇਸ ਦੇਸ਼ ਦੇ ਵਿੱਚ ਰਹਿ ਸਕੀਏ। ਮੈਂ ਸਮਝਦਾ ਕਿ ਲੋਕ ਸਭਾ ਦੇ ਵਿੱਚ ਇਹ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਲੋਕਾਂ ਕੋਲ ਉਜਾਗਰ ਕਰਾਂਗੇ। ਸਰ, ਨਵੀਂ ਪਾਰਟੀ ਹੈ, ਕਿਸਾ ਲੱਗਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ, ਨਵੀਂ ਪਾਰਟੀ ਨਹੀਂ, ਪਾਰਟੀ ਤਾਂ 100 ਸਾਲ ਤੋਂ ਵੀ ਉੱਤੇ ਪੁਰਾਣੀ ਹੈ। ਨਹੀਂ ਦੇਖੋ, ਮੇਰਾ ਸੰਬੰਧ ਸਹਿਚਾਰ ਸਾਰੀਆਂ ਪਾਰਟੀਆਂ ਦੇ ਨਾਲ ਰਿਹਾ, ਮੈਂ ਕਦੇ ਵਿਤਕਰਾ ਨਹੀਂ ਕੀਤਾ ਕਿ ਕੋਈ ਕਿਹੜੀ ਪਾਰਟੀ 'ਚੋਂ ਕਿੱਥੇ ਹੈ। ਮੇਰਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ, ਉਹ ਚਾਹੇ ਕੋਈ ਪਾਰਟੀ ਹੋਵੇ। ਮੈਂ ਆਪਣੀ ਨਵੀਂ ਸ਼ੁਰੂਆਤ, ਨਵੀਂ ਇਨਿੰਗ ਸ਼ੁਰੂ ਕੀਤੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਜਲੰਧਰ ਦੇ ਜਿਹੜੇ ਵਸਨੀਕ ਨੇ, ਲੋਕ ਨੇ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਜਿਹੜਾ ਪਸੰਦ ਕਰਦੇ ਨੇ ਔਰ ਵੋਟਾਂ ਪਾਉਣਗੇ। ਇਹ ਗੱਲਾਂ ਹੁਣ ਦੇਖੋ ਬਹੁਤ ਲੰਬੀਆਂ ਹੋ ਜਾਂਦੀਆਂ। ਜੇ ਕੋਈ ਵੀ ਵਿਅਕਤੀ ਜਿਹੜਾ ਹੈ ਕਿਸੇ ਗੱਲੋਂ ਦੁਖੀ ਹੁੰਦਾ ਹੈ ਅਤੇ ਜੇ ਉਹਦਾ ਦੁੱਖ ਦਰਦ ਜਿਹੜਾ ਉਹਦੇ ਪੇਰੈਂਟਸ ਜਾਂ ਉਹਦੇ ਜਿਹੜੇ ਮਾਪੇ ਆ, ਜਿਹੜੇ ਉਹਨਾਂ ਦੇ ਹੈੱਡ ਆ, ਪਰਿਵਾਰ ਆ, ਉਹ ਜਦੋਂ ਦੂਰ ਨਾ ਕਰੇ ਤਾਂ ਫਿਰ ਤਕਲੀਫ ਹੁੰਦੀ ਹੈ।